ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਵੈਲਕਮ ਬੈਕ ਟੂ ਆਈ ਐਸ ਪੰਜਾਬੀ ਵਲੌਗਸ। ਅਤੇ ਹੋਪ ਕਰਾਂ ਸਾਰੇ ਜਣੇ ਵਧੀਆ ਹੋਵਾਂਗੇ ਜੀ। ਆਪਾਂ ਆਏ ਸੀ ਇੱਥੇ ਇੰਡੀਅਨ ਰੈਸਟੋਰੈਂਟ ਦੇ ਵਿੱਚ, ਅਤੇ ਬਾਹਰ ਦੇਖ ਲਓ ਬਹੁਤ ਜ਼ਿਆਦਾ ਠੰਡ ਹੈ, ਸਨੋ ਪੈਂਦੀ ਪਈ ਹੈ। ਅਤੇ ਆਪਾਂ ਬਸ ਇੱਥੋਂ ਮੈਂ ਕਿਹਾ ਜੇ ਰੋਟੀ ਲੈ ਕੇ ਜਾਂਦੇ ਹਾਂ, ਅਤੇ ਆਪਾਂ ਔਡਰ ਕਰਤਾ ਸੀ ਔਨਲਾਈਨ 'ਤੇ ਜਾਂਦੇ ਹਾਂ। ਚਲੋ ਕਿੰਨੀ ਬਹੁਤ ਤੇਜ਼ ਹਵਾ ਚੱਲਦੀ ਵੀ ਅਤੇ ਨਾਲ ਬਰਫ਼ ਪੈਂਦੀ ਵੀ ਹੈ, ਅਤੇ ਕੰਮ ਪੂਰਾ ਠੰਡਾ ਠੰਡਾ ਆਇਆ ਪਿਆ। ਚਲੋ ਜੀ, ਸਮਾਨ ਸਾਨੂੰ ਮਿਲ ਗਿਆ ਵੇ, ਅਤੇ ਚਲੋ ਹੁਣ ਚੱਲੀਏ ਘਰ, ਅਤੇ ਘਰ ਜਾ ਕੇ ਤੁਹਾਨੂੰ ਆਪਾਂ ਮਿਲਦੇ ਹਾਂ। ਓਕੇ ਜੀ, ਅੱਖਾਂ ਵੀ ਨਹੀਂ ਖੋਲ੍ਹੀ ਜਾਂਦੀਆਂ ਵੀ, ਅੱਖਾਂ 'ਚ ਸਨੋਅ ਪਈ ਜਾਂਦੀ ਹੈ, ਤਾਂ ਸਾਨੂੰ ਘਰ ਜਾ ਕੇ ਮਿਲਦੇ ਹਾਂ। ਓਕੇ, ਅਤੇ ਗੱਡੀਆਂ ਹੌਲੀ ਹੌਲੀ ਜਾਂਦੀਆਂ ਪਈਆਂ ਨੇ, ਸਨੋਅ ਕਰ ਪੈਂਦੀ ਪਈ ਹੈ, ਅਤੇ ਰੋਡ ਪੂਰਾ ਸਲਿੱਪ ਹੀ ਹੋਇਆ ਪਿਆ। ਬਾਰਿਸ਼ ਦੇ ਨਾਲ ਜੋ ਸਨੋਅ ਪੈਂਦੀ ਹੋਵੇ ਨਾ, ਉਦੋਂ ਹੋਰ ਜ਼ਿਆਦਾ ਰਿਸਕ ਹੁੰਦਾ ਵੇ, ਉਹ ਹੋਰ ਜ਼ਿਆਦਾ ਸਲਿੱਪਰੀ ਹੋ ਜਾਂਦਾ ਰੋਡ, ਤਾਂ ਕਰਕੇ ਆਪਾਂ ਹੀ ਬਸ ਹੌਲੀ ਹੌਲੀ ਜਾਂਦੇ ਪਿਆ। ਬਸ 15 ਕੁ ਮਿੰਟਾਂ 'ਚ ਆਪਾਂ ਘਰ ਪਹੁੰਚ ਜਾਣਾ ਵੇ, ਅਤੇ ਚਲੋ ਫਿਰ ਤੁਹਾਨੂੰ ਮਿਲਣਾ ਜਾ ਕੇ। ਚਲੋ ਜੀ, ਰੋਟੀ ਆਪਾਂ ਖਾ ਲਈਏ, ਅਤੇ ਆਹ ਗੱਡੀ ਨਾਲ ਆਪਾਂ ਸਟਾਰਟ ਕਰ ਦਈਏ। ਬਰਾ ਵੇਖੋ ਕਿਵੇਂ ਉੱਤੇ ਪੈ ਗਈ ਵੀ ਗੱਡੀ 'ਤੇ ਵੀ, ਅਤੇ ਇਹਨੂੰ ਵੀ ਥੋੜ੍ਹੀ ਸਟਾਰਟ ਕਰ ਦਿੰਦੇ ਆਪਾਂ। ਦੇਖ ਲਓ ਜੀ ਸ਼ੀਸ਼ਾ, ਨਾਂਜੋ ਦਾ ਰੋਜ਼ ਖੇਡਦਾ ਪਿਆ ਹੋਇਆ ਫੋਨ ਨਾਲ, ਟੀ ਵੀ ਦੇਖਦਾ ਕਦੀ ਫੋਨ ਨਾਲ ਖੇਡਦਾ ਹੋਵੇ, ਅਤੇ ਬਾਹਰ ਇਹਨੂੰ ਸਨੋਅ ਦਿਖਾਤੀ ਆਪਾਂ, ਇਹ ਵੀ ਪੈਂਦੀ ਵੀ ਸਨੋਅ, ਅਤੇ ਇਹਨੂੰ ਵੀ ਆਪਾਂ ਦਿਖਾਈਏ, ਅਤੇ ਸਨੋਅ ਦੇਖ ਕੇ ਬੜਾ ਖੁਸ਼ ਹੋਇਆ, ਅਤੇ ਫਿਰ ਬਾਅਦ 'ਚ ਖੇਡਣ ਲੱਗ ਪਿਆ। ਦੇਖ ਲਓ ਬਾਹਰ ਨਾਲ ਥੋੜ੍ਹੀ ਬਾਰਿਸ਼ ਜੀ ਵੀ ਪੈਣ ਲੱਗ ਪਈ ਸੀ। ਹੁਣ 4 ਵੱਜ ਚੁੱਕੇ ਨੇ, ਅਤੇ ਆਪਾਂ ਚੱਲੇ ਹਾਂ ਗੁਰਦੁਆਰੇ ਮੱਥਾ ਟੇਕਣ ਵਾਸਤੇ, ਅਤੇ ਚਲੋ ਫਿਰ ਤੁਹਾਨੂੰ ਮਿਲਣਾ ਗੁਰਦੁਆਰੇ ਜਾ ਕੇ। ਅਤੇ ਬਾਹਰ ਸਨੋਅ ਹੋਏ ਤੱਕ ਵੀ ਰੁਕੀ, ਦੇਖ ਲਓ ਪਈ ਜਾਂਦੀ ਹੈ, ਅਤੇ ਨਾਂਜੋ ਨੂੰ ਵੀ ਆਪਾਂ ਸਨੋਅ ਦਿਖਾਈਏ, ਨਾਂਜੋ ਵੀ ਬਾਹਰ ਸਨੋਅ ਦੇਖਦਾ ਪਿਆ, ਇੰਜੋਏ ਕਰਦਾ ਪਿਆ ਵੇ। ਚਲੋ ਫਿਰ ਤੁਹਾਨੂੰ ਮਿਲਾਂਗੇ ਗੁਰਦੁਆਰੇ ਜਾ ਕੇ। ਚਲੋ ਜੀ, 5 ਵੱਜ ਗਏ ਨੇ, ਅਤੇ ਬਾਹਰ ਰਾਤ ਪੈਣੀ ਸ਼ੁਰੂ ਹੋ ਗਈ ਹੈ। ਆਪਾਂ ਗੁਰਦੁਆਰੇ ਮੱਥਾ ਟੇਕ ਲਿਆ, ਗੁਰਦੁਆਰਾ 'ਚ ਪਾਠ ਰੱਖਿਆ ਪਿਆ ਵੇ, ਗੁਰਪੂਰਬ ਹੈ ਨਾ, ਤਾਂ ਕਰਕੇ ਪਾਠ ਰੱਖਿਆ ਪਿਆ ਵੇ। ਚਲੋ ਫਿਰ ਘਰ ਹੁਣ ਚੱਲੀਏ ਮੱਥਾ ਆਪਾਂ ਟੇਕ ਲਿਆ। ਚਲੋ ਜੀ, ਹੁਣ ਆਪਾਂ ਲਾ ਲੱਗੇ ਜੀ ਜਿੰਮ, ਅੱਜ ਆਪਾਂ ਬਾਈਸੈਪ ਦਾ ਵਰਕਆਊਟ ਕਰਨਾ ਵੇ, ਅਤੇ ਅੱਜ ਥੋੜ੍ਹੀ ਲੇਟ ਹੋ ਗਿਆ, ਪਰ ਚਲੋ ਕੋਈ ਨਹੀਂ, ਚਲੋ ਫਿਰ ਆਪਾਂ ਸ਼ੁਰੂ ਕਰਨੇ ਆ ਜਿੰਮ ਲਾਣੀ। ਅਤੇ ਜੀ, ਰਾਤ ਦੇ 10 ਵੱਜ ਚੁੱਕੇ ਨੇ, ਬਾਹਰ ਦੇਖ ਲਓ ਸਨੋਅ ਕਰਕੇ ਨਾ ਥੋੜ੍ਹਾ ਦਿਨ ਜਿਹਾ ਚੜਿਆ ਪਿਆ, ਜਿਵੇਂ ਇੰਨਾ ਨਜ਼ਾਰਾ ਨਹੀਂ ਰਹਿਣੀ ਹੈਗਾ, ਅੱਜ ਸਨੋਅ ਕਰਕੇ ਸਨੋਅ ਪੈਂਦੀ ਥੋੜ੍ਹਾ ਜਿਹਾ ਐਵੇਂ ਹੁੰਦਾ ਵੇ। ਅਤੇ ਗੱਡੀਆਂ ਦੇਖ ਲਓ, ਆਹ ਆਪਣੀ ਖੜੀ ਗੱਡੀ ਆਹ, ਅਤੇ ਪੂਰੀ ਬਰਫ਼ ਜੰਮ ਗਈ ਹੈ। ਅਤੇ ਚਲੋ ਹੁਣ ਚੱਲੀਏ ਡੈਡੀ ਨੂੰ ਲੈਣ ਆਪਾਂ, ਅਤੇ ਉੱਥੇ ਤੁਹਾਨੂੰ ਮਿਲਣੇ ਜਾ ਕੇ। ਠੰਡ ਬਹੁਤ ਜ਼ਿਆਦਾ ਬਾਹਰ, ਮੈਂ ਕਿਹਾ ਤੁਹਾਨੂੰ ਵੀ ਦਿਖਾ ਦਈਏ ਬਾਹਰ, ਆਹ ਦੇਖੋ ਜੀ ਸਾਰੀ ਭਰੀ ਵੀ ਗੱਡੀ ਬਰਫ਼ ਨੇ। ਲਓ ਜੀ, ਆਹ ਚਲੋ ਜੀ, ਡੈਡੀ ਟਰੱਕ ਲੈ ਕੇ ਆ ਗਏ ਨੇ, ਅਤੇ ਬਸ ਹੁਣ ਡੈਡੀ ਨੂੰ ਆਪਾਂ ਲੈ ਕੇ ਜਾਵਾਂਗੇ ਘਰ, ਅਤੇ ਘਰ ਬਸ ਸੋਣਾ ਕਿਉਂਕਿ ਰੋਟੀ ਰੋਟੀ ਆਪਾਂ ਖਾ ਲਈਏ। ਅਤੇ ਚਲੋ ਫਿਰ ਆਪਾਂ ਤੁਹਾਨੂੰ ਮਿਲਦੇ ਹਾਂ ਕੱਲ੍ਹ। ਓਕੇ ਜੀ,
ਸਵੇਰ ਤੇ 10 ਵਜ ਚੁੱਕੇ ਨੇ, ਨਨਜੋਤ ਉੱਠਿਆ ਸੀ ਖੇਡ ਖੂਡ ਕੇ, ਦੁੱਧ ਪੀ ਕੇ ਫਿਰ ਸੌ ਗਿਆ ਵੇ, ਅਤੇ ਬਾਹਰ ਦੇਖ ਲਓ ਬਰਫ਼ ਦਾ ਕਮਾਲ, ਸਾਰੇ ਪਾਸੇ ਬਰਫ਼। ਚਲੋ ਜੀ ਹੁਣ ਰੋਟੀ ਖਾਈਏ ਆਪਾਂ, ਭੁੱਖ ਲੱਗਦੀ ਵੀ ਆ। ਚਲੋ ਜੀ ਅੱਜ ਹੈਗੀਆਂ ਨੇ ਆਲੂ ਵਾਲੀਆਂ ਰੋਟੀਆਂ ਅਤੇ ਨਾਲ ਹੈਗੀ ਚਾਹ। ਇੰਨੀ ਠੰਡ ਦੇ ਵਿੱਚ ਆਲੂ ਵਾਲੀਆਂ ਰੋਟੀਆਂ ਅਤੇ ਚਾਹ, ਕਿਆ ਬਾਤ ਕਿਆ ਬਾਤ। ਚਲੋ ਜੀ ਤੁਹਾਨੂੰ ਖਾ ਕੇ ਮਿਲਦੇ ਆਪਾਂ। ਚਲੋ ਜੀ ਹੁਣ ਆਪਾਂ ਆਏ ਹਾਂ ਵਾਲਮਾਰਟ, ਅਤੇ ਅੱਜ ਸਵੇਰੇ ਆਪਾਂ ਨਹਾ ਲੱਗੇ ਸੀ ਅਤੇ ਟੂਟੀ ਔਨ ਕੀਤੀ ਅਤੇ ਪਾਣੀ ਨਹੀਂ ਆਇਆ। ਬਾਅਦ 'ਚ ਪਤਾ ਲੱਗਾ ਵੀ ਅਪਾਰਟਮੈਂਟ ਫਰੈਂਡ ਨੇ ਪਾਣੀ ਪਿੱਛੋਂ ਬੰਦ ਕੀਤਾ ਪਿਆ ਵੇ, ਕੋਈ ਕੰਮ ਚੱਲਦਾ ਪਿਆ ਤਾਂ ਕਰਕੇ। ਜਾਂ ਹਜੇ ਤੱਕ ਵੀ ਪਤਾ ਨਹੀਂ ਹੈਗਾ ਕਿੰਨੇ ਵਜੇ ਪਾਣੀ ਆਉਣਾ ਵੇ, ਹਜੇ ਤੱਕ ਨਹੀਂ ਆਇਆ ਪਾਣੀ, 2 ਘੰਟੇ ਹੋ ਗਏ ਨੇ। ਅਤੇ ਆਪਾਂ ਫਿਰ ਆਪਾਂ ਕਿਹਾ ਚਲ ਅਪਾਰਟਮੈਂਟ ਚੱਲ ਜਾਂਦੇ ਹਾਂ, ਜਿਹੜਾ ਘੁੰਮ ਘੁੰਮ ਆਉਂਦੇ ਹਾਂ। ਇੱਥੇ ਨਾਂਜੋ ਨੂੰ ਲਿਆਏ ਹਾਂ ਖਿਡੌਣੇ ਖਿਡੌਣੇ ਦਿਖਾਉਣ, ਆ ਸਾਈਕਲ ਜਿਹੜੀ ਸੈਕਸ਼ਨ ਹੈ ਇੱਧਰ ਸਾਰੇ ਖਿਡੌਣੇ ਲੱਗੇ ਨੇ, ਅਤੇ ਬੋਲਾਂ ਬੋਲਾਂ ਦਿਖਾਉਣ, ਖਿਡੌਣੇ ਦਿਖਾਉਣ ਆਏ ਆ ਨਾਂਜੋ ਨੂੰ। ਨਾਂਜੋ ਤਾਂ ਇੰਜੋਏ ਕਰਦਾ ਪਿਆ, ਹਾਏ ਕਰਦੇ ਨਾਂਜੋ। ਚਲੋ ਜੀ ਫਿਰ ਦੇਖਦਾ ਹੂਵਰ ਬੋਰਡ, ਮਤਲਬ ਜੀ ਹੂਵਰ ਬੋਰਡ ਲੱਗੇ ਨੇ $98 ਦਾ, ਅਤੇ ਬਲੈਕ ਫਰਾਈਡੇ 'ਤੇ $60 ਦੇ ਲੱਗੇ ਪਏ ਸੀ ਆ, ਔਨਲਾਈਨ ਮੈਂ ਦੇਖਿਆ ਸੀ, ਅਤੇ ਹੁਣ ਦੇ ਹੁਣ 98 ਦੇ ਕਰਤੇ ਨੇ। ਚਲੋ ਹੋਰ ਹਾਲ ਦੇਖੋ ਜੀ, ਸਾਈਕਲਾਂ ਸੁਕਲਾਂ ਲੱਗੀਆਂ ਪਈਆਂ ਨੇ। ਚਲੋ ਘੁੰਮ ਲਈਏ ਥੋੜ੍ਹਾ, ਫਿਰ ਮਿਲਦੇ ਹਾਂ ਤੁਹਾਨੂੰ ਆਪਾਂ। ਉਹ ਦੇਖੋ ਜੀ ਜੀਪ ਕਿੰਨੀ ਸਾਰਾ ਵਧੀਆ ਪ੍ਰਾਈਜ਼ ਦੇਖ ਲਓ, ਅਤੇ ਕਾਹ ਲੱਗਾ ਟੈਂਕ ਇਹ ਬਹੁਤ ਵਧੀਆ ਲੱਗਦਾ ਵਾ, ਵਧੀਆ ਵਧੀਆ। ਉਹ ਦੇਖੋ ਜੀ PS5 ਥੱਲੇ ਇੱਥੇ ਹੀ ਪਈ ਹੈ। ਆਹ ਦੇਖੋ ਕਹਿੰਦੇ ਵੀ ਹਾਈ ਡਿਮਾਂਡ ਹੈ ਜ਼ਿਆਦਾ, ਲੋਕ ਲੈਂਦੇ ਬਹੁਤ ਜ਼ਿਆਦਾ ਪਏ ਹੈ ਨਾ, ਮਿੰਟ ਲੱਗਦਾ ਪਿਆ ਸੋਲਡ ਆਊਟ ਹੋਣ ਵਾਸਤੇ, ਤਾਂ ਉਹਨਾਂ ਨੇ ਲਿਮਿਟ ਰੱਖੀ ਹੈ। ਅਤੇ ਹੋਰ ਨਾਲ ਹੈੱਡਫੋਨ ਲਾਏ ਨੇ, ਕੰਟਰੋਲਰ PS4 ਦੇ ਵੀ, PS5 ਦੇ ਵੀ ਕੰਟਰੋਲਰ ਹੈਗੇ ਨੇ, ਵਧੀਆ ਲੱਗਦੀ ਵੀ। ਅੱਜ ਦੇ ਵਲੋਗ ਨੂੰ ਜੀ ਆਪਾਂ ਇੱਥੇ ਕਰਨੇ ਐਂਡ, ਬਾਹਰ ਪੈਂਦੀ ਪਈ ਸੀ ਬਾਰਿਸ਼, ਰੋਟੀ ਰੋਟੀ ਆਪਾਂ ਖਾ ਲਈਏ, ਅਤੇ ਅੱਜ ਆਪਾਂ ਕੰਮ 'ਤੇ ਛੇਤੀ ਜਾਣਾ ਅਤੇ ਛੇਤੀ ਆ ਜਾਣਾ, ਆਪਾਂ ਦੋਵੇਂ ਕੰਮ 'ਤੇ ਜਾਣਾ ਆਪਾਂ, ਅਤੇ 6 ਵਜੇ ਘਰ ਆ ਜਾਣਾ ਆਪਾਂ, ਅਤੇ 1 ਵੱਜ ਗਿਆ ਵੀ ਬਸ ਜਾਣ ਵਾਲੀ ਆਪਾਂ ਕੰਮ 'ਤੇ। ਅਤੇ ਵਲੋਗ ਨੂੰ ਫਿਰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਅਤੇ ਤੁਹਾਨੂੰ ਮਿਲਦੇ ਹਾਂ ਆਪਾਂ ਅਗਲੇ ਵਲੋਗ ਦੇ ਨਾਲ।